ਖੇਡ ਦੇ पहुंचे हुए ने और टीम डे है जेडे वो दिखा रहे ने उन्हें आप गलबात करने की कोशिश भी करते हैं। चन्नी साहब की कहोगे तुम इतने पहुंचे हो पूरा सरकार किसानों के नाल खड़ी है तो हर मुआवजा भी दिता जाएगा हर भरपाई की जाएगी। पहला टोटल असी पेस्टिसाइड फटाफट भेज रहे हैं ताकि इस जिहड़ी बीमारी है इहदा इलाज किया जा सके। पहला इलाज वल वधांगे उस तो बाद अगलियां गल्लां करांगे। मैं बेनती करदा जी जदों चिट्टा मच्छर पिया सी नरमा साडा मरिया जी सानू 8000 मुआवजा दिता गया जिहड़े झोने वाले बंदे लै गए मूहरे पटवारी वगैरह सारे खा के सानू कुछ नहीं मिलिया। इस गल ते रिकॉर्ड तुसीं पाओगे ਤਾਂ ਜ਼ਿਮੀਂਦਾਰ ਮਾੜਾ ਮੋਟਾ ਹਾਲ ਪਹਿਲਾਂ ਸੁਣਦੀ ਨੇ ਮਾਰੀ ਸੀ ਫਿਰ ਚਿੱਟੇ ਮੱਛਰ ਨੇ ਮਾਰੇ ਜੀ ਗੱਲ ਸੁਣੋ ਐਤਕੀ ਇਸ ਨੇ ਮਾਰਤੇ 55000 ਨੂੰ ਬਾਹਰ ਠੇਕੇ ਤੇ ਲੈ ਕੇ 8 ਮਹੀਨੇ ਹੋ ਗਏ ਘਰੇ ਪੈ ਕੇ ਨਹੀਂ ਦੇਖਿਆ ਜੀ। ਅੱਜ ਜੇ ਚੁਗਣ ਤੇ ਆਇਆ ਸਾਡਾ ਆਹ ਹਾਲ ਹੋ ਗਿਆ ਤੁਸੀਂ ਜੇ ਮੁਆਵਜ਼ਾ ਦਿਓਗੇ ਰਾਜ ਚੋਰ ਬੈਠੇ ਆ ਚੋਰਾਂ ਤੇ ਕਾਬੂ ਪਾਓਗੇ ਤਾਂ ਕਾਮਯਾਬ ਹੋ ਸਕਦਾ ਜ਼ਿਮੀਂਦਾਰ ਨਹੀਂ ਹੋ ਸਕਦਾ ਜੀ। ਹਾਂ ਮੈਂ ਸੱਚੀ ਗੱਲ ਸਪਸ਼ਟ ਆ ਜੀ ਸੁਣੋ ਜੋ ਮੇਰੇ ਵੀਰ ਬਹੁਤ ਧੱਕੇ ਪਿਆ ਜ਼ਿਮੀਂਦਾਰ ਖੁਦਕੁਸ਼ੀ ਕਰੋ ਹੋ ਜ਼ਿਮੀਂਦਾਰ ਜਿਹੜਾ ਮੇਰਾ ਵੀਰ ਹਾਂ ਜੀ ਚੰਨੀ ਸਾਹਿਬ ਤੁਹਾਡੀ ਕੁਰਬਾਨੀ ਆ ਜੇ ਤੁਸੀਂ ਇਸ ਗੱਲ ਤੇ ਨੱਥ ਪਾ ਦਿਓਗੇ ਜਿਹੜਾ ਮੁਆਵਜ਼ਾ ਉਹ ਜ਼ਿਮੀਂਦਾਰਾਂ ਨੂੰ ਮਿਲਣਾ ਚਾਹੀਦਾ ਹੋ ਰਾਜ ਚੋਰ ਬੈਠੇ ਆ ਚੋਰ ਨਾ ਖਾਣ ਇਸ ਗੱਲ ਤੇ ਤੁਹਾਡੀ ਮੈਂ ਮੰਨੂਗਾ ਉਹਨੂੰ ਮੰਨੂਗਾ ਵੀ ਬਾਕੀ ਤੁਸੀਂ ਗਰੀਬ ਘਰ ਦੇ ਬੰਦੇ ਆ ਜੀ ਮੈਂ ਵੀ ਗਰੀਬ ਘਰ ਦਾ ਹੀ ਆ ਜੀ ਹਾਂ ਜੀ ਹਾਂ ਜੀ ਹਾਂ ਸਰਕਾਰ।